ਰਾਮ ਮੰਦਿਰ ਦੇ ਨੀਂਹ ਪੱਥਰ ਸਮਾਗਮ ਦੇ ਮਾਨੇ ਅਤੇ ਮਤਲਬ ਕੀ ਨੇ, ਇਹੀ ਜਾਣਨ ਦੀ ਕੋਸ਼ਿਸ਼ ਅਸੀਂ ਕੀਤੀ ਹੈ ਦ ਇੰਡੀਅਨ ਐਕਸਪ੍ਰੈਸ ਦੀ ਫਾਰਮਰ ਡਿਪਟੀ ਐਡੀਟਰ ਸੀਮਾ ਚਿਸ਼ਤੀ ਦੇ ਇਸ ਨਜ਼ਰੀਏ ਰਾਹੀਂ, ਮੇਰੀ ਯਾਨੀ ਸੁਨੀਲ ਕਟਾਰੀਆ ਦੀ ਆਵਾਜ਼ 'ਚ। ਜਦੋਂ 1951 'ਚ ਗੁਜਰਾਤ 'ਚ ਮੁੜ ਬਣਾਏ ਗਏ ਸੋਮਨਾਥ ਮੰਦਿਰ ਦਾ ਉਦਘਾਟਨ ਕਰਨਾ ਸੀ ਅਤੇ ਇਸ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ, ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇਸ਼ ਦੇ ਮਾਮਲਿਆਂ ਤੋਂ ਧਰਮ ਨੂੰ ਵੱਖ ਰੱਖਣਾ ਚਾਹੁੰਦੇ ਸੀ। ਉਹਨਾਂ ਨੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਨੂੰ ਲਿਖਿਆ, ਬਿਹਤਰ ਹੋਵੇਗਾ ਜੇ ਤੁਸੀਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨਾ ਹੀ ਕਰੋ। ਨਹਿਰੂ ਕਿਸੇ ਅਜਿਹੀ ਸਰਗਰਮੀ ਨੂੰ ਸਰਕਾਰ ਦੀ ਸਰਪ੍ਰਸਤੀ ਦੇਣ ਬਾਰੇ ਫਿਕਰਮੰਦ ਸਨ ਜੋ ਦੇਸ਼ ਦੀ ਵੰਡ ਦੇ ਸੰਦਰਭ ਵਿੱਚ ਫੌਰੀ ਡੂੰਘੇ ਪਾੜੇ ਪਾਉਣ ਲਈ ਵਰਤੀ ਜਾਣੀ ਸੀ। ਨਹਿਰੂ ਦੀ ਸਲਾਹ ਨੂੰ ਅਣਗੌਲਿਆਂ ਕਰਦਿਆਂ ਰਾਜਿੰਦਰ ਪ੍ਰਸਾਦ ਚਲੇ ਗਏ, ਪਰ ਹੁਣ ਪ੍ਰਸਤਾਵਿਤ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਸੋਮਨਾਥ ਵਰਗਾ ਨਹੀਂ ਹੈ। ਇਸ ਮੌਕੇ ਇਸ ਅਸਥਾਨ 'ਤੇ ਭਾਰਤ ਦੇ ਦੂਜੇ ਦਲਿਤ ਰਾਸ਼ਟਰਪਤੀ ਮੁੱਖ ਮਹਿਮਾਨ ਨਹੀਂ ਹੋਣਗੇ। ਉਹਨਾਂ ਦੀ ਗੈਰ ਮੌਜੂਦਗੀ ਭਾਰਤ ਦੇ ਵੱਡੇ ਜਾਤ ਦੋਸ਼ ਨੂੰ ਦਰਸਾਉਂਦੀ ਹੈ। ਅਜਿਹੇ ਸਮੇਂ ਜਦੋਂ ਆਲਮੀ ਮਹਾਂਮਾਰੀ ਨਾਲ ਭਾਰਤ ਵਿੱਚ ਕੋਵਿਡ-19 ਕੇਸ ਵੱਧਦੇ ਜਾ ਰਹੇ ਨੇ, ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਰਹੀ ਹੈ ਅਤੇ ਸਰਹੱਦ 'ਤੇ ਸੁਰੱਖਿਆ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਉਦੋਂ ਮੰਦਰ ਦੇ ਪ੍ਰੋਗਰਾਮ ਦਾ ਵੱਡੇ ਪੱਧਰ 'ਤੇ ਸੰਚਾਲਨ ਕਰਨ ਲਈ ਪ੍ਰਧਾਨ ਮੰਤਰੀ ਬੇਚੈਨ ਨਹੀਂ ਹਨ। ਇਸ ਦੇ ਉਲਟ ਇਸ ਪ੍ਰੋਗਰਾਮ ਦਾ ਪਹਿਲਾਂ ਤੋਂ ਹੀ ਵੱਡੇ ਪੱਧਰ 'ਤੇ ਪ੍ਰਚਾਰ ਹੋ ਗਿਆ ਅਤੇ ਦੇਸ਼ ਇਸ ਲਈ ਤਿਆਰ ਹੋ ਰਿਹਾ। ਬਾਬਰੀ ਮਸਜਿਦ ਇੱਥੇ 400 ਤੋਂ ਵੱਧ ਸਾਲਾਂ ਤੋਂ ਖੜ੍ਹੀ ਸੀ ਅਤੇ ਭਗਵਾਨ ਰਾਮ ਸੰਬੰਧੀ ਦਾਅਵੇ ਇਸ ਨੂੰ ਭਾਰਤ ਦੀ ਅਮੀਰ ਵਿਰਾਸਤ ਦਾ ਇੱਕ ਕੇਂਦਰ ਬਣਾ ਸਕਦੇ ਸਨ, ਪਰ ਇਸ ਨੂੰ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਨੂੰ ਹਵਾ ਦੇਣ ਲਈ ਧੂਰੀ ਦੇ ਰੂਪ ਵਿੱਚ ਵਰਤਿਆ ਗਿਆ। 1990 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਇੱਕ ਰੱਥ ਯਾਤਰਾ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਇਹ ਰੱਥ ਯਾਤਰਾ ਕੁਝ ਹੱਦ ਤੱਕ VP ਸਿੰਘ ਸਰਕਾਰ ਵੱਲੋਂ ਭਾਰਤ ਦੀਆਂ ਜਾਤਾਂ ਦੀਆਂ ਅਸਮਾਨਤਾਵਾਂ ਵੱਲ ਧਿਆਨ ਖਿੱਚਣ ਲਈ ਲਾਗੂ ਕੀਤੀ ਗਈ ਮੰਡਲ ਰਿਪੋਰਟ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਸੀ। ਇਹ ਮੁਹਿੰਮ 8 ਸੂਬਿਆਂ ਵਿੱਚ 6,000 ਤੋਂ ਵੀ ਜ਼ਿਆਦਾ ਕਿਲੋਮੀਟਰ ਖੇਤਰ ਵਿੱਚ ਹੋਈ। ਸਿਆਸੀ ਮਾਹਰਾਂ ਮੁਤਾਬਕ 1990 ਵਿੱਚ ਇੱਕ ਮਹੀਨੇ ਦੀ ਯਾਤਰਾ ਦੇ ਸਿੱਟੇ ਵਜੋਂ ਦੰਗੇ ਅਤੇ ਹਿੰਸਾ ਵੀ ਹੋਈ। ਲਗਭਗ 300 ਮੌਤਾਂ ਹੋਈਆਂ। ਉਦੋਂ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਆਖਿਰਕਾਰ ਸਮਸਤੀਪੁਰ ਵਿੱਚ ਅਡਵਾਨੀ ਦੀ ਗੱਡੀ ਨੂੰ ਰੋਕ ਦਿੱਤਾ। 1992 ਵਿੱਚ ਬਾਬਰੀ ਮਸਜਿਦ ਨੂੰ ਢਾਉਣ ਮਗਰੋਂ ਹਿੰਸਾ ਭੜਕੀ ਜਿਸ ਨੇ ਭਾਰਤੀ ਗਣਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਲ 2019 ਵਿੱਚ ਅਯੋਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਨੇ ਸਾਰੀ ਦੀ ਸਾਰੀ ਜ਼ਮੀਨ ਮੰਦਰ ਨੂੰ ਦੇਣ ਦੇ ਹੁਕਮ ਦੇ ਬਾਵਜੂਦ 6 ਦਸੰਬਰ 1992 ਵਿੱਚ ਮਸਜਿਦ ਢਾਉਣ ਨੂੰ ਕਾਨੂੰਨ ਦੇ ਰਾਜ ਦੀ ਘੋਰ ਉਲੰਘਣਾ ਅਤੇ ਜਨਤਕ ਪੂਜਾ ਦੇ ਸਥਾਨ ਨੂੰ ਗਿਣੇ ਮਿੱਥੇ ਢੰਗ ਨਾਲ ਨਸ਼ਟ ਕਰਨ ਦੀ ਕਾਰਵਾਈ ਕਰਾਰ ਦਿੱਤਾ। ਜੇ 6 ਦਸੰਬਰ 1992 ਦੀ ਘਟਨਾ ਨੇ ਭਾਰਤ ਦੇ ਬੁਨਿਆਦੀ ਵਜੂਦ ਨੂੰ ਹਿਲਾ ਕੇ ਰੱਖ ਦਿੱਤਾ ਸੀ, ਤਾਂ ਫਿਰ ਰਾਮ ਮੰਦਿਰ ਦੇ ਨੀਂਹ ਪੱਥਰ ਦੇ ਸਮਾਗਮ ਦਾ ਮਤਲਬ ਕੀ ਹੈ? ਪ੍ਰਿੰਸਟਨ ਦੇ ਵਿਦਵਾਨ ਅਤੇ ਅਵਾਰਡ ਜੇਤੂ ਪੁਸਤਕ ਦ ਐਮਰਜੈਂਸੀ ਕ੍ਰੋਨੀਕਲਸ ਦੇ ਲੇਖਕ ਪ੍ਰੋਫੈਸਰ ਗਿਆਨ ਪ੍ਰਕਾਸ਼ ਕਹਿੰਦੇ ਨੇ ਕਿ ਇਹ ਨੀਂਹ ਰੱਖਣ ਦਾ ਸਮਾਗਮ ਬਰਾਬਰ ਨਾਗਰਿਕਤਾ ਦੇ ਸੰਵਿਧਾਨਕ ਸਿਧਾਂਤ ਦੀ ਬੁਨਿਆਦ 'ਤੇ ਹਮਲਾ ਹੈ। ਭਾਜਪਾ ਸਰਕਾਰ ਅਤੇ ਡਰੀ ਹੋਈ ਨਿਆਂਪਾਲਿਕਾ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਤਾਨਾਸ਼ਾਹੀ ਹਿੰਦੂ ਰਾਸ਼ਟਰ ਦੀ ਨੀਂਹ ਰੱਖ ਰਹੀ ਹੈ ਅਤੇ ਅੰਬੇਡਕਰ ਅਤੇ ਨਹਿਰੂ ਨੂੰ ਚੈਨ ਨਹੀਂ ਆ ਰਿਹਾ ਹੋਣਾ। ਮੁਸਲਿਮ ਪੱਖ ਨੂੰ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੌਰਾਨ ਅਕਸਰ ਇਸ ਮਾਮਲੇ ਨੂੰ ਛੱਡ ਦੇਣ ਜਾਂ ਫਿਰ ਖਤਮ ਕਰਨ ਲਈ ਕਿਹਾ ਜਾਂਦਾ ਸੀ, ਪਰ ਧਰਮ ਸ਼ਾਸਤਰ, ਧਰਮ ਅਤੇ ਸਮਾਜ ਦੇ ਖੋਜ ਕੇਂਦਰ ਨਾਲ ਸੰਬੰਧਿਤ ਵਿਦਵਾਨ ਏਵੀਅਨ ਲਿਰੀਕ ਦਾ ਕਹਿਣਾ ਹੈ ਕਿ ਇਹ ਨਵੇਂ ਪੱਧਰ ਦੀ ਦਾਅਵੇਦਾਰੀ ਅਤੇ ਭਾਰਤੀ ਗਣਰਾਜ ਦੇ ਪੁਨਰ ਨਿਰਮਾਣ ਦੀ ਸ਼ੁਰੂਆਤ ਹੈ। 5 ਅਗਸਤ ਦਾ ਸਮਾਗਮ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਰਾਮ ਮੰਦਿਰ ਦੀ ਨੀਂਹ ਰੱਖਣਗੇ, 1992 ਵਿੱਚ ਬਾਬਰੀ ਮਸਜਿਦ ਨੂੰ ਹਿੰਸਕ ਰੂਪ ਵਿੱਚ ਢਾਉਣ ਤੋਂ ਬਾਅਦ ਹਿੰਦੁੱਤਵ ਅੰਦੋਲਨ ਤੇ ਇਤਿਹਾਸਿਕ ਪਲ ਨੂੰ ਦਰਸਾਉਂਦਾ ਹੈ। ਪਹਿਲਾਂ ਇਹ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਤੱਤ ਸਨ ਜਿਨ੍ਹਾਂ ਨੇ ਜਾਨਲੇਵਾ ਦੰਗੇ ਸ਼ੁਰੂ ਕੀਤੇ। ਅੱਜ ਹਿੰਸਾ ਨੂੰ ਸਰਕਾਰ ਦੇ ਸਮਰਥਨ ਦੇ ਯਤਨਾਂ ਰਾਹੀਂ ਜਾਇਜ਼ ਠਹਿਰਾਇਆ ਗਿਆ। ਰਾਮ ਮੰਦਿਰ ਦਾ ਨਿਰਮਾਣ ਇੱਕ ਪ੍ਰਮੁੱਖ ਰਾਸ਼ਟਰਵਾਦ ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਵਿੱਚ ਹਿੰਦੂ ਧਰਮ ਨੂੰ ਹੋਰ ਸਾਰੇ ਧਰਮਾਂ ਤੋਂ ਉੱਚ ਮੰਨਿਆ ਜਾਂਦਾ ਸੀ। ਬਾਕੀ ਧਰਮਾਂ ਨੂੰ ਭਾਰਤ ਦੀ ਵਿਸ਼ਾਲ ਧਾਰਮਿਕ ਵਿਭਿੰਨਤਾ ਦੇ ਬਾਵਜੂਦ ਰਾਸ਼ਟਰ ਵਿਰੋਧੀ ਮੰਨਿਆ ਜਾਂਦਾ ਹੈ।
ਉਹ ਅੱਗੇ ਕਹਿੰਦੇ ਨੇ, ਇਹ ਆਖਰੀ ਵਾਰ ਨਹੀਂ ਹੋਵੇਗਾ ਜਦੋਂ ਅਸੀਂ ਮੋਦੀ ਦੇ ਪ੍ਰਸ਼ਾਸਨ ਵੱਲੋਂ ਹਿੰਦੁੱਤਵੀ ਏਜੰਡੇ ਨੂੰ ਦੇਖਾਂਗੇ, ਕਿਉਂਕਿ ਹੁਣ ਖਾਸ ਕਰਕੇ ਉਹਨਾਂ ਦਾ ਸਾਰਾ ਧਿਆਨ ਰਾਮ ਮੰਦਿਰ ਵਰਗੀਆਂ ਥਾਵਾਂ 'ਤੇ ਹੈ, ਨਾ ਕਿ ਘਰੇਲੂ ਅਤੇ ਵਿਦੇਸ਼ ਨੀਤੀ 'ਤੇ। ਜੇ ਪਹਿਲੇ ਭਾਰਤੀ ਗਣਰਾਜ ਨੂੰ ਨਹਿਰੂਵਾਦ ਯੁੱਗ ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਦੂਜੇ ਭਾਰਤੀ ਗਣਰਾਜ ਦਾ ਸਭ ਤੋਂ ਮਜ਼ਬੂਤ ਸੰਕੇਤ ਹੈ। ਇੱਕ ਅਜਿਹਾ ਦੇਸ਼ ਜਿੱਥੇ ਨਾਗਰਿਕਤਾ ਦੇ ਵਿਚਾਰਾਂ ਨੂੰ ਧਰਮ ਜਾਂ ਨਸਲ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਪ੍ਰੋਫੈਸਰ ਕ੍ਰਿਸਟੋਫਰ ਜਾਫਰ ਲਾਟ ਕਹਿੰਦੇ ਨੇ, ਇਸ ਤਰੀਕ ਦੀ ਚੋਣ ਇਹ ਦਰਸਾਉਂਦੀ ਹੈ ਕਿ ਕਾਗਜ਼ਾਂ 'ਤੇ ਪਿਛਲੇ ਸਾਲ ਤੱਕ ਜੰਮੂ ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਖਤਮ ਕਰਨਾ ਅਤੇ ਬਾਬਰੀ ਮਸਜਿਦ ਨੂੰ ਰਾਮ ਮੰਦਿਰ ਵਿੱਚ ਤਬਦੀਲ ਕਰਨ ਦਾ ਇੱਕ ਹੀ ਉਦੇਸ਼ ਹੈ। ਭਾਰਤ ਦੇ ਸੰਵਿਧਾਨਿਕ ਬਹੁਤ ਸੱਭਿਆਚਾਰਕ ਚਰਿੱਤਰ ਦੀ ਕੀਮਤ 'ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ। ਭਾਰਤ ਇਜ਼ਰਾਈਲ, ਤੁਰਕੀ, ਪਾਕਿਸਤਾਨ ਅਤੇ ਕਈ ਹੋਰ ਦੇਸ਼ਾਂ ਦੇ ਨਕਸ਼ੇ ਕਦਮ 'ਤੇ ਹੈ। ਮਹਾਤਮਾ ਗਾਂਧੀ ਨੇ 9 ਅਗਸਤ 1942 ਨੂੰ ਹਰੀਜਨ ਦੇ ਵਿੱਚ ਲਿਖਿਆ ਸੀ, ਹਿੰਦੁਸਤਾਨ ਉਹਨਾਂ ਸਾਰੇ ਲੋਕਾਂ ਦਾ ਹੈ ਜੋ ਇੱਥੇ ਪੈਦਾ ਹੋਏ ਅਤੇ ਪਲੇ ਨੇ, ਜਿਨ੍ਹਾਂ ਕੋਲ ਜਾਣ ਲਈ ਹੋਰ ਕੋਈ ਦੂਜਾ ਦੇਸ਼ ਨਹੀਂ ਹੈ। ਇਸ ਲਈ ਇਹ ਜਿਵੇਂ ਹਿੰਦੂਆਂ ਦਾ ਹੈ, ਉਸੇ ਤਰ੍ਹਾਂ ਪਾਰਸੀ, ਭਾਰਤੀ ਈਸਾਈਆਂ, ਮੁਸਲਮਾਨਾਂ ਅਤੇ ਹੋਰ ਗੈਰ ਹਿੰਦੂਆਂ ਦਾ ਹੈ। ਆਜ਼ਾਦ ਭਾਰਤ ਕੋਈ ਹਿੰਦੂ ਰਾਜ ਨਹੀਂ ਹੋਵੇਗਾ। ਇਸ ਲਈ ਰਾਮ ਮੰਦਿਰ ਦੀ ਨੀਂਹ ਭਾਰਤੀ ਰਾਸ਼ਟਰ ਦੇ ਨਵੇਂ ਅਤੇ ਵੱਖਰੇ ਵਿਚਾਰ ਦੀ ਨੀਂਹ ਹੈ। 1990 ਵਿੱਚ ਅਯੋਧਿਆ ਰੱਥ ਯਾਤਰਾ ਨੇ ਸੀਆ ਰਾਮ ਨੂੰ ਸ਼੍ਰੀ ਰਾਮ ਵਿੱਚ ਬਦਲ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਸੀਆਪਤੀ ਦੇ ਪਿਆਰੇ ਰੁਤਬੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਹੁਣ ਉਹਨਾਂ ਨੂੰ ਭਾਰਤੀ ਵਿਚਾਰ ਨੂੰ ਛੋਟਾ ਕਰਨ ਦੇ ਪ੍ਰਤੀਕ ਵਜੋਂ ਵਰਤਣ ਦੀ ਮੁਹਿੰਮ ਹੈ। ਇਹ ਦੁਖਦਾਈ ਹੈ ਕਿ ਇਹ ਭਗਵਾਨ ਰਾਮ ਦੇ ਹਰਮਨ ਪਿਆਰੇ ਅਤੇ ਪ੍ਰਸਿੱਧ ਆਦਰਸ਼ ਦੇ ਨਾਂ 'ਤੇ ਹੋ ਰਿਹਾ ਹੈ।